ਕੀ ਕੋਸ਼ਿਸ਼ ਕੀਤੀ ਕਿ ਡਿਫਰੈਂਟ ਰਹੇ ਮੋਹਾਲੀ ਦੇ ਵਿੱਚ, ਉਹਨਾਂ ਦਾ ਵੈਲਕਮ ਡਿਫਰੈਂਟ ਰਹੇ? ਇਹ ਤਾਂ ਤੁਹਾਨੂੰ ਪਤਾ ਲੱਗ ਜੂਗਾ ਜਦੋਂ ਕੱਟ ਦੇਖ ਕੇ ਕੱਟ ਦੀ ਡਿਫਰੈਂਸ ਹੈਗਾ। ਬਟ ਇੱਕ ਬਹੁਤ ਵੱਡਾ ਉਪਰਾਲਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ, ਜਿਹੜਾ ਕਿ ਪੰਜਾਬ ਨੂੰ ਬਚਾਉਣ ਦੀ ਅੱਜ ਦੀ ਡੇਟ 'ਚ ਬਹੁਤ ਜ਼ਿਆਦਾ ਲੋੜ ਹੈ। ਤੁਹਾਨੂੰ ਜ਼ਿੰਮੇਵਾਰੀ ਉਹਨਾਂ ਨੇ ਆਪ ਦਿੱਤੀ ਸੀ ਜਾਂ ਤੁਸੀਂ ਆਪ ਅੱਗੇ ਚੱਲ ਕੇ ਤੁਸੀਂ ਕਿਹਾ ਕਿ ਮੈਂ ਲੀਡ ਕਰੂੰਗਾ ਇੱਥੇ ਮੋਹਾਲੀ ਦੇ ਵਿੱਚ ਜੋ ਕੁਛ ਵੀ? ਪਾਰਟੀ ਤੁਹਾਨੂੰ 5 ਸਾਲ ਕੰਮ ਵੀ ਦਿੰਦੀ ਹੈ ਅਤੇ ਤੁਹਾਡੇ ਸਿਰ 'ਤੇ ਹੱਥ ਵੀ ਰੱਖਦੀ ਹੈ। ਪੁੱਛਣ ਦੀ ਲੋੜ ਨਹੀਂ ਚਾਹੀਦੀ। ਮੈਂ ਤਾਂ ਹਰੇਕ ਇੱਕ ਵੋਟਰ ਨੂੰ ਅਤੇ ਸਪੋਰਟਰ ਨੂੰ ਅਰਜ਼ ਕਰੂੰਗਾ ਵੀ ਬਿਨਾਂ ਆਖੇ, ਬਿਨਾਂ ਕਿਸੇ ਦੀ ਗੱਲ ਤੋਂ ਆ ਕੇ ਅਤੇ ਇੱਥੇ ਬੰਦੇ ਨੂੰ ਸਪੋਰਟ ਕਰਨੀ ਚਾਹੀਦੀ। ਪੰਜਾਬ ਦੇ ਹੱਕਾਂ ਲਈ ਜਾਂ ਕੋਈ ਪੰਜਾਬ ਦੀ ਆਵਾਮ ਲਈ ਗੱਲ ਕਰਦਾ ਤਾਂ ਉਹ ਅਕਾਲੀ ਦਲ ਹੀ ਹੈ ਸਰ। ਅਕਾਲੀ ਦਲ ਅੱਜ ਦੀ ਡੇਟ ਸਭ ਤੋਂ ਸਟਰੋਂਗ ਹੈ। ਕੀ ਲੱਗਦਾ ਵਿੱਕੀ ਮਿੰਟੂ ਫਿਰ ਕਿੰਨਾ ਮਿਸ ਕਰ ਰਹੇ ਨੇ ਜੋ ਹੁੰਦੇ ਅੱਜ ਦੇ, ਕਿਸ ਤਰ੍ਹਾਂ ਦੇ ਨਾਲ ਐਕਸਾਈਟਡ ਹੋ? ਅੱਜ ਵਿੱਕੀ ਕਰਕੇ ਹੀ ਇਹ ਸਾਰੇ ਜਿਹੜੇ ਮੇਰੇ ਭਰਾ ਖੜੇ ਆ ਵਿੱਕੀ ਕਰਕੇ ਆਏ ਆ। ਪਰ ਗੱਲ ਇਹ ਆ ਵੀ ਜੇ ਵਿੱਕੀ ਹੁੰਦਾ ਤਾਂ ਫਿਰ ਥਿੰਗਸ ਵੁੱਡ ਹੈਵ ਬੀਨ ਡਿਫਰੈਂਟ, ਇਦੋਂ ਵੀ ਦੁੱਗਣਾ ਤਿੱਗਣਾ ਇਕੱਠ ਹੁੰਦਾ। ਵਿੱਕੀ ਮਿੰਟੂ ਖੇੜਾ ਸਾਰੀ ਉਮਰ ਉਹਨੇ ਅਕਾਲੀ ਦਲ ਪਿੱਛੇ ਲਾ ਦੀ, ਸਾਡੇ ਪਿਓ ਦਾਦਿਆਂ ਨੇ ਅਕਾਲੀ ਦਲ ਪਿੱਛੇ ਲਾ ਦੀ ਅਤੇ ਅਸੀਂ ਵੀ ਆਉਣ ਵਾਲਾ ਸਮਾਂ ਅਕਾਲੀ ਦਲ ਦੇ ਨਾਲ ਲਾਵਾਂਗੇ ਅਤੇ ਪਿੱਛੇ ਲਾਵਾਂਗੇ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਲਾਵਾਂਗੇ। ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਅੱਜ ਮੋਹਾਲੀ ਪਹੁੰਚਣ ਜਾ ਰਹੀ ਹੈ। ਸੁਖਬੀਰ ਬਾਦਲ ਜਿਹੜੇ ਕਿ ਇਸ ਯਾਤਰਾ ਦੀ ਅਗਵਾਈ ਕਰ ਰਹੇ ਨੇ ਉਹ ਮੋਹਾਲੀ ਪਹੁੰਚਣਗੇ ਅਤੇ ਉਹਨਾਂ ਦੇ ਸਵਾਗਤ ਦੇ ਲਈ ਖਾਸ ਤੌਰ 'ਤੇ ਅਜੇਪਾਲ ਮਿੱਡੂ ਖੇੜਾ ਵੱਲੋਂ ਕਾਫੀ ਪ੍ਰਬੰਧ ਕੀਤੇ ਗਏ ਨੇ, ਜਿਹੜੇ ਕਿਉਂਕਿ ਮੋਹਾਲੀ ਤੋਂ ਸੰਬੰਧ ਰੱਖਦੇ ਨੇ ਅਤੇ ਵਿੱਕੀ ਮਿੱਡੂ ਖੇੜਾ ਦੇ ਭਰਾ ਨੇ। ਵਿੱਕੀ ਮਿੱਡੂ ਖੇੜਾ ਯੂਥ ਅਕਾਲੀ ਦਲ ਦੇ ਨਾਲ ਬਹੁਤ ਸਮਾਂ ਜੁੜੇ ਰਹੇ ਸੀਗੇ, ਕਾਫੀ ਕੰਟਰੀਬਿਊਸ਼ਨ ਸੀ ਉਹਨਾਂ ਦਾ ਅਕਾਲੀ ਦਲ ਦੇ ਵਿੱਚ। ਸੋ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਬਾਈ ਜੀ, ਕੀ ਮਾਹੌਲ ਲੱਗ ਰਿਹਾ ਮੋਹਾਲੀ ਦੇ ਵਿੱਚ? ਪਹਿਲਾਂ ਤਾਂ ਜੀ ਮੈਂ ਫਤਿਹ ਅਰਜ਼ ਕਰੂੰਗਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੋਹਾਲੀ ਦਾ ਮਾਹੌਲ ਤਾਂ ਤੁਹਾਨੂੰ ਇਸ ਇਕੱਠ ਦੇਖ ਕੇ ਅੱਜ ਲੱਗ ਗਿਆ ਹੋਣਾ ਕਿ ਲੋਕਾਂ ਦੇ ਵਿੱਚ, ਯੂਥ ਦੇ ਵਿੱਚ ਕਿੰਨਾ ਉਤਸ਼ਾਹ ਹੈ ਅੱਜ, ਜਿਵੇਂ ਕਿ ਅੱਜ ਗੱਡੀਆਂ ਦਾ ਇਕੱਠ ਹੈ ਅਤੇ ਬੰਦਿਆਂ ਦਾ ਇਕੱਠ ਹੈ। ਸੋ ਇਸ ਕਰਕੇ ਉਤਸ਼ਾਹ ਬਹੁਤ ਹੈ ਲੋਕਾਂ ਦੇ ਵਿੱਚ, ਇਹ ਆਪਣੇ ਇਸ ਕਰਕੇ ਮੈਂ ਕਹਿ ਰਿਹਾ ਸੀਗਾ ਵੀ ਵਧੀਆ ਹੈ, ਬਹੁਤ ਵਧੀਆ ਮਾਹੌਲ। ਅੱਛਾ, ਕੀ ਲੱਗਦਾ ਪੰਜਾਬ ਬਚਾਓ ਯਾਤਰਾ ਪੂਰੇ ਪੰਜਾਬ 'ਚ ਘੁੰਮੇ, ਸੁਖਬੀਰ ਬਾਦਲ ਅੱਜ ਮੋਹਾਲੀ ਹੈ, ਤਾਂ ਤੁਸੀਂ ਕੀ ਕੋਸ਼ਿਸ਼ ਕੀਤੀ ਕਿ ਡਿਫਰੈਂਟ ਰਹੇ ਮੋਹਾਲੀ ਦੇ ਵਿੱਚ, ਉਹਨਾਂ ਦਾ ਵੈਲਕਮ ਡਿਫਰੈਂਟ ਰਹੇ, ਇੰਪੈਕਟ ਜਿਹੜਾ ਹੈਗਾ ਮੋਹਾਲੀ ਦੇ ਲੋਕਾਂ 'ਤੇ ਉਹ ਹੋਰ ਜਿਹੜੇ ਪੰਜਾਬ ਦੇ ਹਿੱਸਿਆਂ 'ਚ ਪਿਆ ਉਦੋਂ ਕੋਈ ਹੋਰ ਤਰੀਕੇ ਦੇ ਨਾਲ ਪਵੇ, ਵੱਧ ਪਵੇ? ਦੇਖੋ ਜੀ, ਜਿਵੇਂ ਪੰਜਾਬ ਬਚਾਓ ਯਾਤਰਾ ਪਿਛਲੇ 1.5 ਮਹੀਨੇ ਤੋਂ ਚੱਲਦੀ ਆ ਰਹੀ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਵੱਡਾ ਉਪਰਾਲਾ ਕੀਤਾ ਪੰਜਾਬ ਨੂੰ ਬਚਾਉਣ ਦੇ ਲਈ। ਸੋ ਇਸ ਕਰਕੇ ਮੈਂ ਉਹੀ ਕਹਿੰਦਾ ਸੀਗਾ, ਡਿਫਰੈਂਟ ਤਾਂ ਅਸੀਂ ਕੁਛ ਨਹੀਂ ਕੀਤਾ, ਇਹ ਤਾਂ ਤੁਹਾਨੂੰ ਪਤਾ ਲੱਗ ਜੂਗਾ ਜਦੋਂ ਇਕੱਠ ਦੇਖ ਕੇ ਇਕੱਠ ਦੀ ਡਿਫਰੈਂਸ ਹੈਗਾ, ਪਹਿਲੀ ਗੱਲ ਤਾਂ। ਦੂਜੀ ਗੱਲ ਇਹ ਹੈ ਵੀ ਬਾਕੀ ਜਦੋਂ ਸੁਖਬੀਰ ਸਿੰਘ ਬਾਦਲ ਆਉਣਗੇ ਇੱਥੇ ਤਾਂ ਉਦੋਂ ਤੁਹਾਨੂੰ ਡਿਫਰੈਂਸ ਦਾ ਪਤਾ ਲੱਗ ਜੂਗਾ ਵੀ ਦੂਜੇ ਪੰਜਾਬ ਨਾਲੋਂ ਅਸੀਂ ਕੀ ਫਰਕ ਪਾਇਆ। ਬਟ ਇੱਕ ਬਹੁਤ ਵੱਡਾ ਉਪਰਾਲਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ, ਜਿਹੜਾ ਕਿ ਪੰਜਾਬ ਨੂੰ ਬਚਾਉਣ ਦੀ ਅੱਜ ਦੀ ਡੇਟ 'ਚ ਬਹੁਤ ਜ਼ਿਆਦਾ ਲੋੜ ਹੈ। ਅੱਛਾ, ਤੁਹਾਨੂੰ ਜ਼ਿੰਮੇਵਾਰੀ ਉਹਨਾਂ ਨੇ ਆਪ ਦਿੱਤੀ ਸੀ ਜਾਂ ਤੁਸੀਂ ਆਪ ਅੱਗੇ ਚੱਲ ਕੇ ਤੁਸੀਂ ਕਿਹਾ ਕਿ ਮੈਂ ਲੀਡ ਕਰੂੰਗਾ ਇੱਥੇ ਮੋਹਾਲੀ ਦੇ ਵਿੱਚ ਜੋ ਕੁਛ ਵੀ ਹੋਊ? ਦੇਖੋ ਜੀ, ਮੈਂ ਇੱਕ ਸਭ ਤੋਂ ਵੱਡੀ ਗੱਲ ਆਖਾਂ ਕਿ ਜਿਹੜਾ ਲੀਡਰ ਹੁੰਦਾ ਨਾ, ਪਾਰਟੀ ਹੁੰਦੀ ਆ, ਉਹ ਪਾਰਟੀ ਤੁਹਾਨੂੰ 5 ਸਾਲ ਕੰਮ ਵੀ ਦਿੰਦੀ ਹੈ ਅਤੇ ਤੁਹਾਡੇ ਸਿਰ 'ਤੇ ਹੱਥ ਵੀ ਰੱਖਦੀ ਹੈ। ਲੀਡਰ ਸਾਰੀ ਉਮਰ ਤੁਹਾਡੇ ਤੋਂ, ਤੁਸੀਂ ਲੀਡਰ ਤੋਂ ਕੰਮ ਲੈਂਦੇ ਹੋ ਅਤੇ ਆਹ ਸਮਾਂ ਹੁੰਦਾ ਸਾਹਿਬ, ਕਦੇ ਵੀ ਪੁੱਛਣ ਦੀ ਲੋੜ ਨਹੀਂ ਚਾਹੀਦੀ। ਮੈਂ ਤਾਂ ਹਰੇਕ ਇੱਕ ਵੋਟਰ ਨੂੰ ਅਤੇ ਸਪੋਰਟਰ ਨੂੰ ਅਰਜ਼ ਕਰੂੰਗਾ ਵੀ ਬਿਨਾਂ ਆਖੇ, ਬਿਨਾਂ ਕਿਸੇ ਦੀ ਗੱਲ ਤੋਂ ਆ ਕੇ ਅਤੇ ਇੱਥੇ ਬੰਦੇ ਨੂੰ ਸਪੋਰਟ ਕਰਨੀ ਚਾਹੀਦੀ ਹੈ।
ਅੱਛਾ, ਕੀ ਪੋਜੀਸ਼ਨ ਦੇਖ ਰਹੇ ਹੋ ਜੀ ਸ਼੍ਰੋਮਣੀ ਅਕਾਲੀ ਦਲ ਦੀ? ਫਾਈਟ ਜਿਹੜੀ ਆ ਬੜੀ ਇੰਟਰਸਟਿੰਗ ਹੈ, ਬੀਜੇਪੀ ਵੀ ਹੈ, ਆਮ ਆਦਮੀ ਪਾਰਟੀ ਵੀ ਹੈ, ਕਾਂਗਰਸ ਵੀ ਹੈ, ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਸਾਰੇ ਥਾਵਾਂ 'ਤੇ ਉਸ ਤਰ੍ਹਾਂ ਦੇ ਨਾਲ ਪ੍ਰਭਾਵ ਨਜ਼ਰ ਨਹੀਂ ਆ ਰਿਹਾ, ਅਤੇ ਅਜੇ ਸਮਾਂ ਹਾਲਾਂਕਿ ਪਿਆ, ਸੋ ਤੁਸੀਂ ਕੀ ਦੇਖਦੇ ਹੋ? ਪ੍ਰਭਾਵ ਤਾਂ ਜੀ ਸਭ ਤੋਂ ਵੱਧ ਮੈਨੂੰ ਲੱਗਦਾ ਵੀ ਅਕਾਲੀ ਦਲ ਦਾ ਹੀ ਨਜ਼ਰ ਆ ਰਿਹਾ, ਕਿਉਂਕਿ ਅੱਜ ਦੀ ਡੇਟ 'ਚ ਸਾਰੀਆਂ ਬਾਕੀ ਦੀਆਂ ਪਾਰਟੀਆਂ ਸਾਰੀਆਂ ਬੜੀਆਂ ਕਮਜ਼ੋਰ ਦਿਖਦੀਆਂ, ਅਤੇ ਅੱਜ ਦੀ ਡੇਟ ਜੇ ਸੜਕਾਂ ਦੇ ਉੱਤੇ ਹੈਗਾ ਅਤੇ ਜੇ ਕਿਸੇ ਦੇ ਪੰਜਾਬ ਦੇ ਹੱਕਾਂ ਲਈ ਜਾਂ ਕੋਈ ਪੰਜਾਬ ਦੀ ਆਵਾਮ ਲਈ ਗੱਲ ਕਰਦਾ ਤਾਂ ਉਹ ਅਕਾਲੀ ਦਲ ਹੀ ਹੈ ਸਰ। ਹੋਰ ਅੱਜ ਦੀ ਡੇਟ 'ਚ ਕੋਈ ਵੀ ਪਾਰਟੀ, ਕਿਸੇ ਪਾਰਟੀ ਨੇ ਕੋਈ ਵੀ ਆਵਾਜ਼ ਨਹੀਂ ਉਠਾਈ ਅੱਜ ਤਾਈਂ, ਸੋ ਇਸ ਕਰਕੇ ਇਹ ਨਹੀਂ ਆਪਾਂ ਕਹਿ ਸਕਦੇ ਵੀ ਅਕਾਲੀ ਦਲ ਵੀਕ ਹੈ। ਅਕਾਲੀ ਦਲ ਅੱਜ ਦੀ ਡੇਟ 'ਚ ਸਭ ਤੋਂ ਸਟਰੋਂਗ ਹੈ ਅਤੇ ਸਭ ਤੋਂ ਸਟਰੋਂਗ ਹੋ ਕੇ ਅਤੇ ਅੱਗੇ ਨਿਖਰ ਕੇ ਆਊਗਾ ਅਤੇ ਤੁਹਾਨੂੰ ਪਤਾ ਵੀ ਲੱਗੂਗਾ ਇਸ ਵੀ ਕਿਵੇਂ ਅਕਾਲੀ ਦਲ ਸਟਰੋਂਗ ਹੋ ਰਿਹਾ ਡੇ ਬਾਈ ਡੇ। ਅੱਛਾ, ਸਾਰੇ ਤੁਹਾਡੇ ਸਾਥੀ ਨੇ ਕੀ ਲੱਗਦਾ ਵਿੱਕੀ ਮਿੱਡੂ ਖੇੜਾ ਨੂੰ ਕਿੰਨਾ ਕੁ ਮਿਸ ਕਰ ਰਹੇ ਨੇ, ਜੋ ਹੁੰਦੇ ਅੱਜ ਅਤੇ ਉਹ ਕਿਸ ਤਰ੍ਹਾਂ ਦੇ ਨਾਲ ਐਕਸਾਈਟਡ ਹੋਣੇ ਸੀ? ਦੇਖੋ ਜੀ, ਅਸੀਂ ਤਾਂ ਅੱਗੇ ਇਹ ਗੱਲਾਂ ਕਰੀ ਜਾਂਦੇ ਜੇ ਵਿੱਕੀ ਹੁੰਦਾ ਅਤੇ ਅੱਜ ਇਹ ਜਿਹੜਾ ਇਕੱਠ ਹੋਇਆ ਹੋਇਆ ਉਹਦੇ ਨਾਂ ਨੂੰ ਹੀ ਹੈ। ਅੱਜ ਵਿੱਕੀ ਕਰਕੇ ਹੀ ਇਹ ਸਾਰੇ ਜਿਹੜੇ ਮੇਰੇ ਭਰਾ ਖੜੇ ਵਿੱਕੀ ਕਰਕੇ ਹੀ ਆਏ ਆ, ਪਰ ਗੱਲ ਇਹ ਹੈ ਵੀ ਜੇ ਵਿੱਕੀ ਹੁੰਦਾ ਤਾਂ ਫਿਰ ਥਿੰਗਸ ਵੁੱਡ ਹੈਵ ਬੀਨ ਡਿਫਰੈਂਟ, ਇਦੋਂ ਵੀ ਦੁੱਗਣਾ ਤਿੱਗਣਾ ਇਕੱਠ ਹੁੰਦਾ ਅਤੇ ਮੈਂ ਆਪਦਾ ਕਿਸੇ ਪਾਸੇ ਹੋਰ ਫੋਕਸ ਕਰਦਾ ਅਤੇ ਉਹ ਇਕੱਠ ਕਰਦਾ। ਸਾਡਾ ਇੱਕ ਟੀਮ ਵਰਕ ਸੀਗਾ ਬੜਾ ਸੋਹਣਾ ਦੋਨੇ ਭਰਾਵਾਂ ਦਾ, ਉਹ ਸਾਡਾ ਟੁੱਟ ਗਿਆ ਅਤੇ ਪਰ ਕੋਈ ਗੱਲ ਨਹੀਂ, ਆਪਾਂ ਉਹਦੀ ਲੈਗਸੀ ਨੂੰ ਸਟਰੋਂਗ ਰੱਖਣ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਇਕੱਠਾਂ ਨੂੰ ਹੋਰ ਵੀ ਵੱਡਾ ਵਧਾਵਾਂਗੇ ਅਤੇ ਤਕੜਾ ਕਰਾਂਗੇ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਾਂਗੇ, ਜਿਹੜਾ ਕਿ ਮੇਰਾ ਭਰਾ ਵਿੱਕੀ ਮਿੱਡੂ ਖੇੜਾ ਸਾਰੀ ਉਮਰ ਉਹਨੇ ਅਕਾਲੀ ਦਲ ਪਿੱਛੇ ਲਾਤੀ, ਸਾਡੇ ਪਿਓ ਦਾਦਿਆਂ ਨੇ ਅਕਾਲੀ ਦਲ ਪਿੱਛੇ ਲਾਤੀ ਅਤੇ ਅਸੀਂ ਵੀ ਆਉਣ ਵਾਲਾ ਸਮਾਂ ਅਕਾਲੀ ਦਲ ਦੇ ਨਾਲ ਲਾਵਾਂਗੇ ਅਤੇ ਪਿੱਛੇ ਲਾਵਾਂਗੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਲਾਵਾਂਗੇ ਅਤੇ ਉਹ ਜਿਹੜੀ ਲੈਗਸੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਉਹਨੂੰ ਅਸੀਂ ਕੰਟੀਨਿਊ ਰੱਖਾਂਗੇ। ਮੋਹਾਲੀ ਦੇ ਵਿੱਚ ਕੰਪੇਨਿੰਗ ਦੇ ਵਿੱਚ ਹਿੱਸਾ ਲਓਗੇ, ਕਿਸ ਤਰ੍ਹਾਂ ਦੇ ਨਾਲ ਅਪੀਲ ਕਰੋਗੇ ਵੋਟਰਸ ਨੂੰ? ਬਿਲਕੁਲ ਜੀ, ਮੈਂ ਤਾਂ ਸਾਰੇ ਵੋਟਰਸ ਨੂੰ ਅਪੀਲ ਇਹੀ ਕਰੂੰਗਾ ਵੀ ਅੱਜ ਮੋਹਾਲੀ ਦੇ ਵਿੱਚ ਜਿੰਨੇ ਕੰਮ ਹੋਏ ਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਰੇ ਹੈ, ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਵਿਜਨਰੀ ਡਾਇਨਾਮਿਕ ਅਤੇ ਵਿਜਨਰੀ ਲੀਡਰ ਹੈ ਅਤੇ ਉਹਨਾਂ ਦੇ ਵਿਜਨ ਸਦਕਾ ਹੀ ਅੱਜ ਮੋਹਾਲੀ ਇੰਨਾ ਡਿਵੈਲਪ ਹੋਇਆ। 2500 ਕਰੋੜ ਰੁਪਇਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਇਸ ਕੰਮ ਕਰਨ ਵਾਸਤੇ। ਦੂਜੀ ਗੱਲ ਹੈ ਵੀ ਏਅਰਪੋਰਟ ਰੋਡ, ਏਅਰਪੋਰਟ, ਸੈਕਟਰੀਏਟ, ਕਮਿਊਨਿਟੀ ਹਾਲਸ, ਸਟੇਡੀਅਮਸ, ਪਾਰਕ, ਮਤਲਬ ਕਿ ਨੇਮ ਅ ਥਿੰਗ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਪਿਛਲੇ 10-15 ਸਾਲਾਂ 'ਚ ਕੋਈ ਵੀ ਕੰਮ ਹੋਇਆ ਉਹ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ, ਹੋਰ ਕਿਸੇ ਸਰਕਾਰ ਵੇਲੇ ਉਦੋਂ ਬਾਅਦ ਕੁਛ ਵੀ ਨਹੀਂ ਹੋਇਆ। ਸੋ ਇਸ ਕਰਕੇ ਮੈਂ ਸਾਰੇ ਮੋਹਾਲੀ ਵਾਸੀਆਂ ਨੂੰ ਅਪੀਲ ਕਰੂੰਗਾ ਵੀ ਕੰਮ ਦੇ ਆਧਾਰ 'ਤੇ ਤੁਸੀਂ ਵੋਟ ਕਰੋ, ਵੋਟ ਕਰਕੇ ਅਤੇ ਜਿਹੜੀ ਕੰਮ ਕਰਨ ਵਾਲੀ ਪਾਰਟੀ ਆ ਉਹਨੂੰ ਤਕੜਾ ਕਰੋ। ਸੋ ਗੱਲਬਾਤ ਕਰ ਰਹੇ ਸੀਗੇ ਅਜੇਪਾਲ ਮਿੱਡੂ ਖੇੜਾ ਦੇ ਨਾਲ ਅਤੇ ਸੋ ਇਹਨਾਂ ਨੇ ਜਿਹੜਾ ਇੱਥੇ ਜ਼ਿੰਮੇਵਾਰੀ ਚੁੱਕੀ ਹੈ ਕਿ ਇਸ ਤਰ੍ਹਾਂ ਦੇ ਨਾਲ ਪੰਜਾਬ ਬਚਾਓ ਯਾਤਰਾ ਦਾ ਸਵਾਗਤ ਕਰਨਾ ਅਤੇ ਵੱਧ ਤੋਂ ਵੱਧ ਲੋਕਾਂ 'ਚ ਪ੍ਰਭਾਵ ਪਵੇ ਇਸ ਯਾਤਰਾ ਦਾ ਜੋ ਸੁਖਬੀਰ ਬਾਦਲ ਪਿਛਲੇ ਕਾਫੀ ਦਿਨਾਂ ਤੋਂ ਕਰ ਰਹੇ ਨੇ, ਸੋ ਉਹਦੇ ਲਈ ਕੋਸ਼ਿਸ਼ਾਂ ਜਾਰੀ ਨੇ। ਮੋਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।